ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਦਾ ਸਭ ਤੋਂ ਭਰੋਸੇਮੰਦ ਚੈਨਲ ਇੰਡੀਆ ਨਿਊਜ਼ ਪੰਜਾਬ। ਮੈਂ ਹਾਂ ਕਵਲਪ੍ਰੀਤ ਕੌਰ। ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਇਸ ਬੁਲੇਟ ਦੀ ਵੱਡੀ ਖਬਰ ਤੋਂ। ਵੱਡੀ ਖਬਰ ਆ ਰਹੀ ਹੈ 550ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ। ਪੰਜਾਬ ਸਰਕਾਰ ਦੇ ਵਫਦ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ। ਨਨਕਾਣਾ ਸਾਹਿਬ ਜਾਣ ਲਈ ਵਫਦ ਨੇ ਇਜਾਜ਼ਤ ਮੰਗੀ ਸੀ, ਜਿਸ ਤੋਂ ਬਾਅਦ ਇਜਾਜ਼ਤ ਨਾ ਮਿਲਣ 'ਤੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ। ਪੰਜਾਬ ਸਰਕਾਰ ਦਾ ਨਨਕਾਣਾ ਸਾਹਿਬ ਜਾਣ ਲਈ ਵਾਲੇ ਵਫਦ ਨੂੰ ਪਰਮਿਸ਼ਨ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਸਾਡੇ ਸਹਿਯੋਗੀ ਗਗਨਦੀਪ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਇਸ ਬਾਬਤ ਜਾਣਕਾਰੀ ਹਾਸਲ ਕਰਦੇ ਹਾਂ। ਗਗਨਦੀਪ, ਕੀ ਕਾਰਨ ਰਹੇ ਨੇ ਜੋ ਵੀਜ਼ਾ ਨਹੀਂ ਮਿਲ ਸਕਿਆ, ਜੋ ਵਫਦ ਕੈਂਸਲ ਹੋ ਚੁੱਕਿਆ ਹੈ? ਦੱਸਣਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਲਗਾਤਾਰ SGPC ਪੰਜਾਬ ਸਰਕਾਰ ਅਤੇ ਹੋਰ ਸਿੱਖ ਸੰਸਥਾਵਾਂ ਦੇ ਵੱਲੋਂ ਜਿਹੜੀਆਂ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹੈਗੇ ਨੇ। ਉੱਥੇ ਹੀ ਗੱਲ ਕਰੀਏ ਪੰਜਾਬ ਸਰਕਾਰ ਦੀ, ਤਾਂ ਪੰਜਾਬ ਸਰਕਾਰ ਦੇ ਇੱਕ ਵਫਦ ਨੇ ਨਨਕਾਣਾ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਆਰੰਭ ਕਰਵਾਉਣੇ ਸੀਗੇ। ਹਾਲਾਂਕਿ ਨਗਰ ਕੀਰਤਨ ਜਿਹੜਾ ਹੈਗਾ ਉਹ ਹੁਣ ਭਾਰਤ ਤੋਂ ਪਾਕਿਸਤਾਨ ਦੇ ਵਾਲੇ ਪਾਸੇ ਵੀ ਰਵਾਨਾ ਕੀਤਾ ਗਿਆ। 31 ਨਵੰਬਰ ਨੂੰ ਜਿਹੜਾ ਹੈਗਾ, 31 ਅਕਤੂਬਰ ਨੂੰ ਜਿਹੜਾ ਹੈ ਨਗਰ ਕੀਰਤਨ ਉੱਥੇ ਪਾਕਿਸਤਾਨ ਦੇ ਵਿੱਚ ਪਹੁੰਚੇਗਾ ਅਤੇ ਉੱਥੇ ਪਾਠ ਦੇ ਜਿਹੜੇ ਹੈਗੇ ਭੋਗ ਪਾਏ ਜਾਣਗੇ। ਹਾਲਾਂਕਿ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀ ਜਿਹੜੇ ਹੈਗੇ ਨੇ ਬਲਬੀਰ ਸਿੰਘ ਸਿੱਧੂ, ਜੇਕਰ ਆਪਾਂ ਗੱਲ ਕਰੀਏ ਤ੍ਰਿਪੁਰਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਤਾਂ ਇਹ 4 ਮੰਤਰੀਆਂ ਦਾ ਵਫਦ ਨਾਲ ਉਹਨਾਂ ਦੇ 487 ਲੋਕਾਂ ਨੇ ਪਾਕਿਸਤਾਨ ਜਾ ਕੇ ਉੱਥੇ ਅਖੰਡ ਪਾਠ ਸਾਹਿਬ ਜਿਹੜੇ ਸੀਗੇ ਉਹ ਆਰੰਭ ਕਰਵਾਉਣੇ ਸੀ ਅਤੇ ਨਾਲ ਹੋਰ ਤਿਆਰੀਆਂ ਜਿਹੜੀਆਂ ਸੀਗੀਆਂ ਉਸਨੂੰ ਕਰਵਾਉਣਾ ਸੀਗਾ। ਪਰ ਕਿਤੇ ਨਾ ਕਿਤੇ ਉਹਨਾਂ ਦੇ ਵੀਜ਼ੇ ਜਿਹੜੇ ਹੈਗੇ ਆ ਉਹ ਨਹੀਂ ਪ੍ਰਵਾਨ ਕੀਤੇ ਗਏ। ਲੰਬੇ ਸਮੇਂ ਤੋਂ ਇਹਨਾਂ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਸੀਗੀਆਂ। ਹਾਲਾਂਕਿ 1 ਮਹੀਨਾ ਪਹਿਲਾਂ ਵੀ ਜਦੋਂ ਸਾਡੀ ਗੱਲਬਾਤ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਹੋਈ ਸੀਗੀ ਤਾਂ ਉਦੋਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ 1 ਮਹੀਨੇ ਪਹਿਲਾਂ ਜਾਣ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ਾਂ ਕਰ ਰਹੇ ਹੈਗੇ ਆ। ਪਰ ਲਗਾਤਾਰ 1 ਤੋਂ ਲੈ ਕੇ 2 ਮਹੀਨੇ ਤੱਕ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ। ਪਾਕਿਸਤਾਨ ਐਮਬੈਸੀ ਦੇ ਵੱਲੋਂ ਉਹਨਾਂ ਨੂੰ ਵੀਜ਼ਾ ਜਿਹੜਾ ਹੈਗਾ ਉਹ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਹੁਣ ਉਹਨਾਂ ਦਾ ਕਹਿਣਾ ਹੈਗਾ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਜਿਹੜੇ ਉਹਨਾਂ ਦੇ ਪਾਸਪੋਰਟ ਹੈਗੇ ਆ ਉਹ ਵਾਪਸ ਆ ਚੁੱਕੇ ਹੈਗੇ ਨੇ ਅਤੇ ਜਿਹੜਾ ਵੀਜ਼ਾ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ। ਕਿਤੇ ਨਾ ਕਿਤੇ ਜੇਕਰ ਇਹਨੂੰ ਆਪਾਂ ਸਿਆਸੀ ਰੂਪ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਜਿਹੜਾ ਹੈ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਹੈਗਾ। ਹਾਲਾਂਕਿ ਮੰਤਰੀ ਜਿਹੜੇ ਹੈਗੇ ਆ ਇਸ ਉੱਤੇ ਖੁੱਲ੍ਹ ਕੇ ਨਹੀਂ ਬੋਲਦੇ, ਪਰ ਆਫ ਦੀ ਰਿਕਾਰਡ ਜੇਕਰ ਆਪਾਂ ਗੱਲ ਕਰੀਏ ਤਾਂ ਆਫ ਦੀ ਰਿਕਾਰਡ ਗੱਲ ਇਹ ਵੀ ਸਾਹਮਣੇ ਆਉਂਦੀ ਹੈਗੀ ਹੈ ਕਿਉਂਕਿ ਮੌਜੂਦਾ ਸਰਕਾਰ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੀ ਹੈਗੀ ਆ। ਉੱਥੇ ਹੀ ਗੱਲ ਕਰੀਏ SGPC ਦੀ, ਤਾਂ ਜਿਹੜੇ ਵਫਦ ਨੇ ਪਾਕਿਸਤਾਨ ਜਾਣਾ ਹੁੰਦਾ ਜਾਂ ਸ਼ਰਧਾਲੂ ਨੇ ਜਾਣਾ ਹੁੰਦਾ ਤਾਂ SGPC ਜਿਨ੍ਹਾਂ ਦੇ ਨਾਮ ਰੈਕਮੈਂਡ ਕਰਦੀ ਹੈਗੀ ਹੈ ਤਾਂ ਉਹਨਾਂ ਨੂੰ ਹੀ ਜਿਹੜੇ ਵੀਜ਼ੇ ਆ ਉਹ ਪਾਕਿਸਤਾਨ ਦੇ ਵੱਲੋਂ ਦਿੱਤੇ ਜਾਂਦੇ ਹੈਗੇ ਨੇ। ਤਾਂ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਅਤੇ SGPC ਦਾ ਤਾਲਮੇਲ ਜਿਹੜਾ ਹੈਗਾ ਉਹ ਵਿਗੜਦਾ ਹੋਇਆ ਨਜ਼ਰ ਆਇਆ ਹੈਗਾ, ਆਪਸ ਦੇ ਵਿੱਚ ਤਾਲਮੇਲ ਇਹਨਾਂ ਦੋਵਾਂ ਦਾ ਨਹੀਂ ਬਣ ਪਾਇਆ, ਤਾਂ ਕਿਤੇ ਨਾ ਕਿਤੇ ਇੱਕ ਇਹ ਵੀ ਵੱਡਾ ਕਾਰਨ ਹੋ ਸਕਦਾ ਹੈਗਾ ਕਿ SGPC ਦੇ ਵੱਲੋਂ ਇਹ ਰੈਕਮੈਂਡੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਦਿੱਤੀ ਗਈ ਹੋਊਗੀ, ਜਿਸ ਨੂੰ ਲੈ ਕੇ ਉਹਨਾਂ ਦੇ ਵੀਜ਼ੇ ਜਿਹੜੇ ਹੈਗੇ ਆ ਉਹ ਨਹੀਂ ਦਿੱਤੇ ਗਏ। ਅਤੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ, ਹਰਸਿਮਰਤ ਕੌਰ ਬਾਦਲ ਦੀ, ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਇਹਨਾਂ ਦੇ ਵੱਲੋਂ ਵੀ ਅੜਿੰਗੇ ਜਿਹੜੇ ਹੈਗੇ ਨੇ ਉਹ ਪਾਏ ਜਾ ਰਹੇ ਹੈਗੇ ਨੇ। ਪੰਜਾਬ ਸਰਕਾਰ ਦੇ ਵੱਲੋਂ ਆਪਣੇ ਆਪ ਪੂਰਨ ਤੌਰ ਦੇ ਉੱਤੇ ਇਹ ਸਮਾਗਮ ਉੱਥੇ ਜਾ ਕੇ ਆਰੰਭ ਕਰਵਾਉਣੇ ਸੀਗੇ। ਹਾਲਾਂਕਿ ਜਿਸ ਤਰੀਕੇ ਨਾਲ ਪਿਛਲੇ ਆਪਾਂ ਪਾਕਿਸਤਾਨ ਦੇ ਜੱਥਿਆਂ ਦੀ ਗੱਲ ਕਰੀਏ ਜਾਂ ਪਾਕਿਸਤਾਨ ਕਿਹੜੇ ਵੀ ਜੱਥੇ ਜਾਂਦੇ ਹੈਗੇ ਨੇ ਉਹ SGPC ਦੇ ਨਾਲ ਹੀ ਜਾਂਦੇ ਨੇ, ਅਜਿਹਾ ਬਹੁਤ ਘੱਟ ਹੋਇਆ ਕਿ ਕੋਈ ਸਰਕਾਰ ਆਪਣੇ ਪੂਰਨ ਤੌਰ ਦੇ ਉੱਤੇ ਉੱਥੇ ਜਾ ਕੇ ਪਾਠ ਕਰਵਾਵੇ ਜਾਂ ਉੱਥੇ ਜਾ ਕੇ ਪ੍ਰੋਗਰਾਮ ਉਲੀਕੇ। ਤਾਂ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਹੈਗਾ ਕਿ SGPC ਦੇ ਨਾਲ ਤਾਲਮੇਲ ਜਿਹੜਾ ਹੈਗਾ ਇਹਦਾ ਨਹੀਂ ਬਣ ਪਾਇਆ। ਉਸ ਤੋਂ ਬਾਅਦ ਉਸ ਤੋਂ ਚੱਲਦੇ ਹੋਏ ਦੇਖਦੇ ਹੋਏ ਕੀ ਕਹਿੰਦੇ ਇਹਨਾਂ ਨੂੰ ਪਾਕਿਸਤਾਨ ਦੇ ਵੱਲੋਂ ਜਿਹੜੇ ਹੈ ਉਹ ਵੀਜ਼ੇ ਨਹੀਂ ਦਿੱਤੇ ਗਏ। SGPC ਦਾ ਇੱਕ ਮੁੱਖ ਤੌਰ ਦੇ ਉੱਤੇ ਵੱਡਾ ਹੋਲਡ ਹੁੰਦਾ ਹੈ ਪਾਕਿਸਤਾਨ ਦੇ ਵਿੱਚੋਂ ਜਿਹੜੇ ਵੀਜ਼ੇ ਸ਼ਰਧਾਲੂਆਂ ਨੂੰ ਦਿੱਤੇ ਜਾਂਦੇ ਹੈਗੇ ਨੇ, ਕਿਉਂਕਿ ਇਹ ਸ਼ਰਧਾਲੂਆਂ ਨੂੰ ਜਿਹੜੇ ਵੀਜ਼ੇ ਦਿੱਤੇ ਜਾਂਦੇ ਹੁੰਦੇ ਸਪੈਸ਼ਲ ਕੋਈ ਓਕੇਜ਼ਨਸ ਹੋਵੇ, ਜਿਸ ਤਰੀਕੇ ਨਾਲ ਵਿਸਾਖੀ ਦਾ ਤਿਉਹਾਰ ਹੋਵੇ ਜਾਂ ਫਿਰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ, ਪ੍ਰਕਾਸ਼ ਪੁਰਬ ਹੋਵੇ ਜਾਂ ਹੋਰ ਕੋਈ ਸਿੱਖ ਧਰਮ ਦੇ ਵਿੱਚ ਜਿਹੜੇ ਵੱਡੇ ਸਮਾਗਮ ਹੁੰਦੇ ਆ, ਇਹੋ ਜਿਹਾ ਕੋਈ ਸਮਾਗਮ ਹੋਵੇ ਤਾਂ ਇਹੋ ਜਿਹੇ ਮੌਕਿਆਂ ਦੇ ਉੱਤੇ ਐਸ ਜੀ
ਪੀ ਸੀ ਦੀ ਰਿਕਮੈਂਡੇਸ਼ਨ ਦੇ ਨਾਲ ਹੀ ਵੀਜ਼ਾ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵੱਲੋਂ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਜਿਸ ਦੇ ਉੱਤੇ ਐਸ ਜੀ ਪੀ ਸੀ ਰਿਕਮੈਂਡ ਕਰ ਦੇਵੇ ਉਸਦਾ ਵੀਜ਼ਾ ਕਦੇ ਵੀ ਰਿਜੈਕਟ ਨਹੀਂ ਹੁੰਦਾ। ਵੱਡੇ ਕਾਰਨ ਹੁੰਦੇ ਨੇ ਕਿ ਪਾਕਿਸਤਾਨ ਅੰਬੈਸੀ ਵੀਜ਼ਾ ਨਹੀਂ ਗ੍ਰਾਂਟ ਕਰਦੀ ਹੈਗੀ, ਹਾਲਾਂਕਿ ਸਿਕਿਉਰਟੀ ਕਾਰਨਾਂ ਕਰਕੇ ਜਾਂ ਕੁਛ ਹੋਰ ਕਾਰਨਾਂ ਕਰਕੇ ਪਾਕਿਸਤਾਨ ਅੰਬੈਸੀ ਦੇ ਵੱਲੋਂ ਸਾਰੀ ਪੜਚੋਲ ਜਿਹੜੀ ਹੈਗੀ ਆ ਉਹ ਵੈਰੀਫਿਕੇਸ਼ਨ ਕੀਤੀ ਜਾਂਦੀ ਹੈਗੀ ਅਤੇ ਉਸ ਤੋਂ ਬਾਅਦ ਹੀ ਜਾ ਕੇ ਵੀਜ਼ੇ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਹੈਗੇ ਨੇ। ਵੈਸੇ ਤਾਂ ਰੰਧਾਵਾ ਸਾਹਿਬ ਦੀ ਅਤੇ ਚੰਨੀ ਜੀ ਦੀ ਕਮੇਟੀ ਬਣੀ ਹੋਈ ਆ, ਇਹ ਐਕਚੁਲੀ ਜਵਾਬ ਤਾਂ ਉਹ ਹੀ ਦੇ ਸਕਦੇ, ਪਰ ਜੋ ਮੇਰਾ ਖਿਆਲ ਹੈ ਜਿੰਨੀ ਕੁ ਮੇਰੀ ਨੌਲੇਜ ਹੈ ਹਜੇ ਤੱਕ ਪਾਕਿਸਤਾਨ ਗਵਰਨਮੈਂਟ ਨੇ ਇਸ ਵਫਦ ਨੂੰ ਕਲੀਅਰ ਨਹੀਂ ਕੀਤਾ। ਜਿੰਨ ਤੱਕ ਪਾਕਿਸਤਾਨ ਗਵਰਨਮੈਂਟ ਕਲੀਅਰ ਨਹੀਂ ਕਰਦੀ ਉਨੀ ਦੇਰ ਤੱਕ ਵਾਪਸ ਜਾ ਨਹੀਂ ਸਕਦਾ। ਕਿਹੜੇ ਕਿਹੜੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋਣਾ ਸੀ ਸਰ ਇਸ ਪਹਿਲਾਂ? ਉੱਥੇ ਜਾ ਕੇ ਨਨਕਾਣਾ ਸਾਹਿਬ ਖੰਡਪੜ ਰਨ ਕਰਨਾ ਸੀ, ਉਹਦਾ ਭੋਗ ਪਾਉਣਾ ਸੀ, ਫਿਰ ਯਾਤਰਾ ਸ਼ੋਭਾ ਯਾਤਰਾ ਲੈ ਕੇ ਹਿੰਦੁਸਤਾਨ ਜੈਂਟਰ ਕਰਨਾ ਸੀ ਅਤੇ ਫਿਰ ਸੁਲਤਾਨ ਬਿਲੋਚ ਨੂੰ ਜਾਣਾ ਸੀ। ਇੱਕ 9 ਤਾਰੀਖ ਨੂੰ ਵੀ ਜੱਥਾ ਜਾ ਰਿਹਾ ਸਰ, ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਵੀ ਸ਼ਾਮਿਲ ਹੋ ਰਹੇ ਹਨ। ਦੇਖੋ 9 ਤਰੀਕ ਨੂੰ ਕਿਹੜਾ ਕਿਹੜਾ ਸ਼ਾਮਿਲ ਹੋ ਰਿਹਾ ਹੈ ਤਾਂ ਉਦੋਂ ਪਤਾ ਲੱਗੂਗਾ, ਪਰ ਇਨਵੀਟੇਸ਼ਨ ਕੈਪਟਨ ਸਾਹਿਬ ਨੇ ਸਾਰੀਆਂ ਪਾਰਟੀਆਂ ਨੂੰ ਦਿੱਤਾ, ਸਾਰੇ MLA ਜੀ ਨੂੰ, ਸਾਰੇ ਐਕਸਪੀਸੀ ਮੈਂਬਰਾਂ ਨੂੰ, ਸਾਰਿਆਂ ਨੂੰ ਇਨਵੀਟੇਸ਼ਨ ਦਿੱਤਾ ਹੈ। ਸਰਦਾਰ ਮਨਮੋਹਨ ਸਿੰਘ ਜੀ ਨੂੰ ਵੀ, ਹੋਰਨਾਂ ਨੂੰ ਵੀ ਦਿੱਤਾ ਇਨਵੀਟੇਸ਼ਨ, ਹੁਣ ਆਉਂਦਾ ਕਿਹੜਾ ਕਿਹੜਾ ਹੈ ਤਾਂ ਉਸ ਘੜੀ ਪਤਾ ਲੱਗੂਗਾ।